Sarva
Oh,
Yeah.
ਦਰਬਾਰ ਸਾਹਿਬ ਦਾ ਹੁਕਮਨਾਮਾ ਅਸੀਂ ਅਕਸਰ ਸਾਂਝਾ ਕਰਨੇ ਹਾਂ ਫੇਸਬੁੱਕ ਸਮਝੀ ਸਮਝਾਈ
ਲੰਘ ਦੁਨੀਆਂ ਦਾ ਹਰ ਮਨੁੱਖ ਇਸ ਵਿੱਚ ਸਮਝਾਈ ਹੋਈ ਵਿਆਖਿਆ ਦਾ ਇੱਕ ਲਫ਼ਜ਼ ਜਿਹੜਾ ਉਹਦੇ ਘੇਰੇ ਵਿੱਚ ਆਉਂਦਾ ਹੈ, ਉਹ ਹੈ ਧਰਮ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਵਿੱਚ ਧਰਮ ਸਮਝਾਇਆ ਹੈ। ਪਰ ਇੱਕ ਖਿਆਲ ਕਰਿਓ, ਜਿਸ ਢੰਗ ਨਾਲ ਸਮਝਾਇਆ ਨਾ, ਉਸ ਢੰਗ ਨੂੰ ਜੇ ਅਸੀਂ ਮੁੱਢਲੇ ਰੂਪ ਵਿੱਚ ਨਾ ਸਮਝ ਸਕਾਂਗੇ ਤੇ ਕਈ ਵਾਰ ਉਲਟ ਅਸਰ ਇਹ ਕਬੂਲਾਂਗੇ ਕਿ ਗੁਰੂ ਸਾਨੂੰ ਧਰਮ ਤੋਂ ਨਾਸਤਿਕ ਕਰ ਰਿਹਾ। ਐਸਾ ਨਹੀਂ, ਬਿਲਕੁਲ ਗੁਰੂ ਤਾਂ ਧਰਮ ਨਾਲ ਜੋੜਦਾ, ਜਿਵੇਂ ਧਰਮ ਤੋਂ ਸਾਨੂੰ ਡਰਾ ਰਿਹਾ ਹੈ। ਗੁਰੂ ਧਰਮ ਤੋਂ ਤੋੜਦਾ ਨਹੀਂ, ਬਲਕਿ ਗੁਰੂ ਨੂੰ ਇਹ ਫਿਕਰ ਹੈ ਜੇ ਇਹਨੇ ਧਰਮ ਨੂੰ ਨਾ ਸਮਝਿਆ, ਨਾ ਸਮਝਿਆ ਤਾਂ ਉਹ ਸਮਾਂ ਆਵੇਗਾ ਜਦੋਂ ਇਹ ਧਰਮ ਤੋਂ ਨਾਸਤਿਕ ਹੋ ਜਾਏਗਾ, ਇਹ ਟੁੱਟ ਜਾਏਗਾ। ਇਸ ਲਈ ਚੰਗੀ ਗੱਲ ਇਹ ਹੈ ਕਿ ਸਮੇਂ ਤੋਂ ਪਹਿਲਾਂ ਇਹਨੂੰ ਧਰਮ ਸਮਝਾ ਦਿਆ ਕਿ ਭਲਿਆ ਜਿਹਨੂੰ ਤੂੰ ਧਰਮ ਸਮਝ ਰਿਹਾ ਤੇ ਧਰਮ ਸਮਝ ਕੇ ਕਰ ਰਿਹਾ, ਜੇ ਤੂੰ ਇਸ ਤੋਂ ਬੇਪਛਾਣ ਰਿਹਾ ਤਾਂ ਧਰਮ ਤੋਂ ਨਾਸਤਿਕ ਹੋ ਜਾਏਗਾ। ਇਸ ਨਜ਼ਰੀਏ ਨਾਲ ਸ੍ਰੀ ਆਸਾ ਜੀ ਦੀ ਵਾਰ ਦਾ ਇਹ ਸਲੋਕ ਦੁਬਾਰਾ ਪੜ੍ਹੀ। ਧਰਮ ਤਾਂ ਇੰਨਾ ਜ਼ਰੂਰੀ ਜ਼ਿੰਦਗੀ ਦਾ ਹਿੱਸਾ ਹੈ ਕਿ ਪੁਰਾਤਨ ਵਿਚਾਰਾਂ ਦੇ ਇੱਕ ਬਣਾਏ ਹੋਏ ਅਡੰਬਰ ਵਿੱਚ ਇੱਕ ਕਹਾਣੀ, ਇੱਕ ਵਿਚਾਰ ਵੀ ਦਿੱਤੀ ਗਈ ਤੇ ਉਸ ਵਿਚਾਰ ਅਨੁਸਾਰ ਧਰਮ ਨੂੰ ਇੱਕ ਬਲਦ ਦਾ, ਧੌਲ ਦਾ ਨਾਮ ਦਿੱਤਾ ਗਿਆ ਤੇ ਆਖਿਆ ਗਿਆ ਉਹ ਧਰਮ ਦਾ ਧੌਲ ਜਿਹੜਾ ਹੈ ਉਹ ਸਾਰੀ ਧਰਤੀ ਦੇ ਪਹਾੜ ਨੂੰ ਉਠਾ ਕੇ ਖਲੋਤਾ ਹੈ। ਜੇ ਉਹ ਥੱਲੇ ਉਹ ਨਿਕਲ ਜਾਏ, ਧਰਮ ਥੱਲੇ ਸਹਾਰਾ ਨਾ ਬਣੇ ਤੇ ਧਰਤੀ ਖਤਮ ਹੋ ਜਾਏ। ਉਸ ਪੁਰਾਤਨ ਵਿਚਾਰ ਨੂੰ ਗੁਰੂ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ, ਕਹਿਣ ਲੱਗੇ ਧਰਮ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੋ ਜੇ ਕੋ ਬੁਝੇ ਦੀ ਕਹਾਣੀ ਨੂੰ ਪਛਾਣ ਲੈ, ਉਹ ਸਚਿਆਰ ਹੋ ਜਾਏਗਾ, ਧਾਰਮਿਕ ਹੋ ਜਾਏਗਾ, ਧਰਮੀ ਹੋ ਜਾਏਗਾ। ਜੇ ਕੋ ਬੁਝੈ ਹੋਵੇ ਸਚਿਆਰ ਤਬ ਲੈ ਉੱਪਰ ਕੇ ਤਾਰਾ। ਉਹ ਤਾਰ ਕੀ ਹੈ ਤੇ ਉਹਦੇ ਤੇ ਪਹਾੜ ਕਿੰਨਾ ਕਹਿ ਜਾਨਵਰ, ਇੰਨੇ ਮਨੁੱਖ, ਇੰਨਾ
ਸਾਰਿਆਂ ਦਾ ਭਾਰ ਉਸ ਧਰਲ ਦੇ ਉੱਪਰ ਬਲਦ ਦੇ ਉੱਪਰ ਐਸਾ ਪੁਰਾਣਾ ਅਡੰਬਰ ਸਾਡੇ ਜ਼ੇਰ ਵਿੱਚ ਆਇਆ ਲੋੜ ਸੀ ਧਰਮ ਦੇ ਇਹ ਦਰਸਾਉਣ ਲਈ ਵੀ ਲੋਕਾਂ ਨੇ ਆਖ ਦਿੱਤਾ ਧਰਤੀ ਤਾਂ ਧਰਮ ਦੇ ਸਹਾਰੇ ਖੜੀ ਹੈ ਪ੍ਰਚਲਿਤ ਕੀ ਗੱਲ ਗੁਰੂ ਨਾਨਕ ਨੇ ਸ੍ਰੀ ਆਸਾ ਜੀ ਦੀ ਵਾਰ ਦੀ ਪੌੜੀ ਵਿੱਚ ਇੱਕ ਗੱਲ ਆਖੀ ਕਹਿਣ ਲੱਗੇ ਜਿੰਨੇ ਧਰਮ ਦਾ ਅਰਥ ਕੀ ਸੀ ਮਤਲਬ ਕੀ ਸੀ ਕੁਰਸੀ ਤੇ ਬਿਠਾ ਦਿੱਤਾ ਇਹਦਾ ਮਤਲਬ ਸਾਰੀ ਸ੍ਰਿਸ਼ਟੀ ਅਧੀਨ ਕਰ ਦਿੱਤੀ ਧਰਮ ਦੇ ਲਿਖਣਾ ਵੈ ਧਰਮ ਬਾਹਰ ਲਿਆ ਕਹਿਣ ਲੱਗੇ ਕਿਸ ਲਈ ਕਿਉਂਕਿ ਧਰਮ ਦੇ ਇੱਕ ਸੁਭਾਅ ਆਦਤ ਨੂੰ ਸਾਹਮਣੇ ਰੱਖ ਕੇ ਕਿ ਉੱਥੇ ਸੱਚੇ ਹੀ ਸੱਚ ਨਿਬੜੇ ਧਰਮ ਦੀ ਪਰਿਭਾਸ਼ਾ ਸੀ ਇਹ ਵੀ ਗੁਰੂ ਨਾਨਕ ਦਾ ਪਾਤਸ਼ਾਹ ਜੀ ਦਾ ਪੌੜੀ ਖਿਆਲ ਸਮਝ ਉਸੇ ਆਸਾ ਦੀ ਵਾਰ ਦਾ ਹਿੱਸਾ ਕਿ ਧਰਮ ਜਿਹੜਾ ਰੱਬ ਨੇ ਸਿੰਘਾਸਨ ਦੇ ਕੇ ਬਿਠਾ ਦਿੱਤਾ ਸ੍ਰਿਸ਼ਟੀ ਬਣਾ ਕੇ ਜੀ ਪੈਦਾ ਕਰਕੇ ਨਾਨਕ ਜੀ ਉਪਾਏ ਕਹੇ ਲਿਖਣਾ ਵੈ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਇਨਸਾਫ ਦਾ ਘਰ ਰੱਬ ਨੇ ਇਨਸਾਫ ਦਾ ਘਰ ਬਣਾ ਕੇ ਇਨਸਾਫ ਦੀ ਚੇਅਰ ਤੇ ਧਰਮ ਨੂੰ ਬਿਠਾ ਦਿੱਤਾ ਰਾਜ ਸਿੰਘਾਸਨ ਦੇ ਦਿੱਤਾ ਨਾਨਕ ਜਦੋਂ ਇਸ ਸਲੋਕ ਤੇ ਪੁੱਜਦੇ ਨੇ ਉੱਥੇ ਧਰਮ ਦੇ ਵਿਗੜੇ ਹੋਏ ਰੂਪ ਦਾ ਜ਼ਿਕਰ ਕਰ ਦਿੰਦੇ ਨੇ ਕਹਿੰਦੇ ਤੂੰ ਕਹਿੰਦਾ ਧਰਮ ਹੈ ਸਮਝ ਲੈ ਇੱਕ ਧਰਮ ਹੈ ਜਿਹੜਾ ਰੱਬ ਨੇ ਸਿੰਘਾਸਨ ਤੇ ਬਿਠਾਇਆ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ ਸਿੰਘਾਸਨ ਤੇ ਬਿਠਾਇਆ ਤੇ ਇਸ ਲਈ ਬਿਠਾਇਆ ਕਿ ਉਹ ਇਨਸਾਫ ਦਾ ਘਰ ਹੈ ਰਾਜੇ ਚੁਲੀ ਨਿਯਮ ਕੀ ਰਾਜਾ ਜਿਹੜਾ ਜੇ ਨਿਆਂ ਨਾ ਕਰੇ ਤੇ ਕਾਹਦਾ ਰਾਜਾ ਜੇ ਰਾਜੇ ਦੇ ਘਰ ਵਿੱਚ ਇਨਸਾਫ ਹੀ ਨਾ ਹੋਵੇ ਤੇ ਕਾਹਦਾ ਰਾਜਾ ਇਸ ਲਈ ਇਨਸਾਫ ਦੀ ਚੇਅਰ ਤੇ ਧਰਮ ਨੂੰ ਬਿਠਾ ਦਿੱਤਾ ਹੁਣ ਇੱਕ ਪਾਸੇ ਇਹ ਖਿਆਲ ਹੈ ਹੁਣ ਦੂਜੇ ਪਾਸੇ ਆਓ ਕਹਿੰਦੇ ਨੇ ਮੈਂ ਧਰਮ ਦੀ ਵਿਆਖਿਆ ਅੱਜ ਦੇ ਧਰਮ ਦੀ ਵਿਆਖਿਆ ਕਰਨਾ ਚਾਹੁੰਦਾ ਤਾਂ ਕਿ ਲੋਕ ਪਛਾਣ ਲੈਣ ਕਿਤੇ ਉਸ ਧਰਮ ਨੂੰ ਤੇ ਇਸ ਧਰਮ ਨੂੰ ਇੱਕੋ ਜਿਹਾ ਹੀ ਨਾ ਕਿਉਂਕਿ ਧਰਮ ਲਫ਼ਜ਼ ਤਾਂ ਮਨੁੱਖ ਨੂੰ ਪਿਆਰਾ ਹੀ ਲੱਗਦਾ ਮੈਂ ਇੱਕ ਵਾਰ ਕੀਤੀ ਸੀ ਕਿ ਮਨੁੱਖ ਨੂੰ ਧਰਮ ਲਫ਼ਜ਼ ਤੇ ਇੰਨਾ ਵਿਸ਼ਵਾਸ ਹੈ ਕਿ ਮੈਂ ਐਗਜ਼ਾਮਪਲ ਵਜੋਂ ਕਿਹਾ ਸੀ ਕਿਹੜੀ ਅਜੀਬ ਗੱਲ ਹੈ ਆ ਸੜਕਾਂ ਤੇ ਕੰਡੇ ਲੱਗੇ ਹੋਏ ਨੇ ਜਿਹਦੇ ਤੇ ਟਰੱਕ ਲੋਹੇ ਦੇ ਲੱਕੜਾਂ ਦੇ ਤੁਲਦੇ ਨੇ ਸ਼ਰਾਫ ਕੋਲ ਵੀ ਆ ਕੰਡੇ ਸ਼ੀਸ਼ੇ ਵਿੱਚ ਪਾ ਕੇ ਰੱਖੇ ਹੋਏ ਨੇ ਸ਼ੀਸ਼ੇ ਦੇ ਬਕਸੇ ਵਿੱਚ ਤੇ ਕਿਤੋਂ ਸੋਨਾ ਲਈਏ ਨਾ ਕਈ ਵਾਰ ਵਿਸ਼ਵਾਸ ਨਾ ਹੋਵੇ ਸੁਨਾਰ ਤੇ ਕਹੀਦਾ ਕਿਸੇ ਧਰਮ ਕੰਡੇ ਤੋਂ ਚੁੜ ਤੁਲਵਾ ਲਓ ਧਰਮ ਵੀ ਇੱਕ ਕੰਡਾ ਹੋ ਗਿਆ ਇੱਕ ਤਕੜੀ ਹੋ ਗਿਆ
ਕਿਸੇ ਧਰਮ ਕੰਡੇ ਤੋਂ ਤਬਾਹ ਲਾ। ਤੇ ਜਦੋਂ ਧਰਮ ਕੰਡੇ ਤੋਂ ਤਲਾ ਲਈਏ ਤੇ ਉਹ ਇੱਕ ਛੋਟੀ ਜਿਹੀ ਪਰਚੀ ਤੁਹਾਨੂੰ ਦੇ ਦਿੰਦਾ ਧਰਮ ਕੰਡੇ ਵਾਲਾ। ਉਹ ਪਰਚੀ ਤੁਹਾਡੇ ਕੋਲ ਹੋਵੇ ਧਰਮ ਕੰਡੇ ਦੀ, ਜਿੱਥੇ ਮਰਜ਼ੀ ਉਹ ਸੋਨੇ ਦਾ ਪੀਸ ਲੈ ਜਾਓ, ਉਹਨੂੰ ਵੀ ਵਿਸ਼ਵਾਸ ਆ ਜਾਂਦਾ ਕਹਿੰਦੀ ਭਰਾ ਵੇਖਲਾ ਨਾਲ ਮੈਂ ਧਰਮ ਕੰਡੇ ਦੀ ਪਰਚੀ ਲਾਈ ਹੋਈ ਹੈ। ਧਰਮ ਲਫ਼ਜ਼ ਹੀ ਹੈ, ਕੰਡਾ ਤਾਂ ਉਹਦੇ ਕੋਲ ਵੀ ਸੀ, ਧਰਮ ਲਫ਼ਜ਼ ਮਨੁੱਖ ਨੂੰ ਕਿੰਨਾ ਮਕਬੂਲ ਹੋ ਗਿਆ ਸੋਨੇ ਤੇ ਵਿਸ਼ਵਾਸ ਨਹੀਂ, ਸੁਨਾਰੇ ਤੇ ਵਿਸ਼ਵਾਸ ਨਹੀਂ। ਪਰਚੀ ਉੱਤੇ ਲਿਖੇ ਹੋਏ ਚਾਰ ਤਿੰਨ ਅੱਖਰਾਂ ਦਾ ਨਾਮ ਧਰਮ ਜਿਹੜਾ ਉਹਨੇ ਵਿਸ਼ਵਾਸ ਪੈਦਾ ਕਰ ਦਿੱਤਾ, ਕਿਉਂਕਿ ਧਰਮ ਜਿਹੜਾ ਹੈ ਇਨਸਾਫ਼ ਦਾ ਘਰ ਹੈ, ਧਰਮ ਧੋਖਾ ਨਹੀਂ। ਹੁਣ ਧਰਮ ਧੋਖਾ ਨਹੀਂ, ਇਹ ਸੀ ਰੱਬ ਵੱਲੋਂ ਪੈਦਾ ਕੀਤਾ ਹੋਇਆ। ਨਾਨਕ ਜੀ ਉਪਾਏ ਕੇ ਲਿਖ ਨਾਵੇਂ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਭੜੇ। ਇਹ ਸੀ ਧਰਮ ਦਾ ਇੱਕ ਰੂਪ। ਮਨੁੱਖ ਨੂੰ ਧਰਮ ਚੰਗਾ ਲੱਗਦਾ ਸੀ ਤੇ ਗੁਰੂ ਨਾਨਕ ਬੜੇ ਸਿਆਣੇ ਸਨ, ਬੜੇ ਦੂਰ ਅੰਦੇਸ਼ ਸਨ। ਇਹ ਤਾਂ ਧਰਮ ਤੇ ਇੰਨਾ ਅਥਾਂਤ ਵਿਸ਼ਵਾਸ ਕਰ ਬੈਠਾ ਹੈ ਧਰਮ ਨਾਮ ਥੱਲੇ। ਧਰਮ ਨਾਮ ਥੱਲੇ ਜਿਹੜੇ ਗੁਣਾਂ ਤੇ ਪਾਪ ਹੋ ਰਹੇ ਨੇ ਉਹਨਾਂ ਨੂੰ ਵੀ ਇਹ ਧਰਮ ਸਮਝੀ ਬੈਠਾ। ਲਓ ਗੁਰੂ ਨਾਨਕ ਆਹ ਸੀ ਚੇਤਨਤਾ ਪੈਦਾ ਕਰਨਾ ਚਾਹੁੰਦਾ, ਕਿਉਂਕਿ ਜਿਹੜੀ ਚੀਜ਼ ਤੇ ਜ਼ਿਆਦਾ ਵਿਸ਼ਵਾਸ ਹੋਵੇ ਲੋਕ ਉਸੇ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ। ਮਨੁੱਖ ਦੀ ਅੰਧ ਵਿਸ਼ਵਾਸਤਾ ਜਿਹੜੀ ਹੈ ਇਹ ਮਨੁੱਖ ਦੀ ਦੁਸ਼ਮਣ ਹੈ, ਸਾਡੇ ਅੰਦਰ ਵੀ ਆ ਗਈ। ਸਾਡੇ ਅਸਥਾਨਾਂ ਨਿਰਾ ਅਸਥਾਨਾਂ ਤੇ ਨਹੀਂ, ਜੋ ਕੁਝ ਅੱਜ ਅਸੀਂ ਧਰਮ ਦੇ ਖੇਤਰ ਵਿੱਚ ਕਰ ਰਹੇ ਹਾਂ ਉਹ ਅੰਧ ਵਿਸ਼ਵਾਸਤਾ ਨਾਲ ਕਰ ਰਹੇ ਹਾਂ ਜਿਹੜੀ ਦੁਸ਼ਮਣ ਬਣ ਗਈ। ਰੁਕਣਾ ਚਾਹੁੰਦਾ, ਇਹ ਫੈਸਲਾ ਮੇਰਾ ਨਹੀਂ ਜੀ, ਗੁਰੂ ਨਾਨਕ ਦਾ। ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਨੇ ਲਿਹਾਜ਼ ਕਿਸੇ ਦਾ ਨਹੀਂ ਕੀਤਾ। ਹੁਣ ਆਹ ਸ਼ਬਦ ਜਿਹੜੇ ਨੇ ਇਹ ਵੀ ਤਾਂ ਧਰਮ ਦੀ ਖਾਤਰ ਹੀ ਨੇ, ਉਹ ਵੀ ਇੱਕ ਪਾਸੇ ਆ ਦਿੱਤਾ। ਨਾਨਕ ਜੀ ਉਪਾਇ ਕੇ ਲਿਖਣਾ ਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਭੜੇ। ਤੇ ਦੂਜੇ ਪਾਸੇ ਗੁਰੂ ਨਾਨਕ ਨੇ ਧਰਮ ਦੀ ਵਿਆਖਿਆ ਕੀਤੀ, ਕਹਿੰਦੇ ਨੇ ਮੈਂ ਤੈਨੂੰ ਇਹ ਅੱਜ ਦਾ ਧਰਮ ਜਿੰਦੇ ਤੇ ਤੂੰ ਅੰਧ ਵਿਸ਼ਵਾਸ, ਤੇਰੀ ਅੰਧ ਵਿਸ਼ਵਾਸਤਾ ਦਾ ਨਜਾਇਜ਼ ਫਾਇਦਾ ਉਠਾਉਣ ਵਾਲਿਆਂ ਨੇ ਧਰਮ ਦੀ ਪਰਚੀ ਉੱਤੇ, ਉਹ ਛੋਟੀ ਜਿਹੀ ਪਰਚੀ ਉੱਤੇ ਧਰਮ ਕੱਢਿਆ ਲਿਖਿਆ ਤੇ ਹੈ ਕੀ। ਲਓ ਹੁਣ ਇਸ ਸ਼ਬਦ ਨੂੰ ਪੜ੍ਹੋ, ਕਹਿੰਦੇ ਨੇ ਹੈ ਕੀ। ਗੁਰੂ ਨਾਨਕ ਕੋਲ ਪੁੱਛੋ, ਗੁਰੂ ਨਾਨਕ ਕਹਿੰਦਾ ਮੈਂ ਤੇ ਇਹ ਵੇਖਿਆ ਜਿਹਨਾਂ ਦੇ ਹੱਥ ਛੁਰੀ ਹੈ, ਜਿਹੜੇ ਪੂਰਾ ਪੂਰਾ ਮਨੁੱਖ ਹਜ਼ਮ ਕਰ ਜਾਂਦੇ ਨੇ ਗੱਲ ਵਿੱਚ, ਜਿਵੇਂ ਉਹਨਾਂ ਨੇ ਵੀ ਪਾਏ ਹੋਏ ਨੇ। ਫੈਸਲਾ ਮੇਰਾ ਨਹੀਂ ਜੀ, ਮੈਂ ਤੇ ਸਿਰਫ ਗੁਰਬਾਣੀ ਰਾਹੀਂ ਜਾਗਰਤੀ ਦੀ ਲਹਿਰ ਅਧੂਰੀ ਹੋਈ ਹੈ। ਗੁਰੂ ਕਹਿੰਦੇ ਨੇ ਜਿਹੜੇ ਮਨੁੱਖਾਂ ਨੂੰ ਹਜ਼ਮ ਕਰ ਜਾਂਦੇ ਨੇ,
ਰਿਸ਼ਵੀ ਲਾਉਂਦੇ ਨੇ, ਉਹ ਵੀ ਅੰਮ੍ਰਿਤ ਵਾਲੇ ਭੋਗ ਵਿੱਚ ਬੈਠ ਕੇ ਨਿਤਨੇਮ ਕਰ ਲੈਂਦੇ ਨੇ। ਤੁਸੀਂ ਦੇਖ ਹੀ ਰਹੇ ਹੋ, ਅਸੀਂ ਆਪਣੀ ਜ਼ਿੰਦਗੀ ਦੇਖ ਰਹੇ ਹਾਂ। ਧਾਰਮਿਕ ਚਿੰਨ੍ਹ ਬਣਾ ਕੇ ਆਪਣੇ ਆਪ ਨੂੰ ਧਰਮੀ ਬਣਾਈ ਬੈਠੇ, ਪਰ ਤੈਨੂੰ ਚਿੰਨ੍ਹ ਦਿਸਦੇ ਨੇ, ਉਹਨਾਂ ਦੇ ਅੰਦਰ ਦੀ ਕਸਾਈਪਣ ਤੈਨੂੰ ਨਹੀਂ ਦਿਸਦਾ। ਅੱਜ ਸਾਡੇ ਵਿੱਚ ਹੈ ਇੱਕ ਕੌੜੀ ਸੱਚਾਈ ਹੈ ਜਿਹੜੀ ਤੁਹਾਡੇ ਸਾਹਮਣੇ ਵੀ ਨਜ਼ਰ ਆਉਂਦੀ ਹੈ ਕਿ ਲੰਬੇ ਚੋਲੇ ਚੁੱਟੇ ਦੌੜੇ ਦੁਮਾਰੇ ਦਿਖਾਵਾ ਕੁਝ ਹੋਰ। ਜਿੰਨਾ ਪਾਪ ਗੁਣਾ, ਜਿੰਨੇ ਕਤਲ, ਕੇਵਲ ਤਲਵਾਰਾਂ ਤੇ ਕੇਵਲ ਸ਼ਸਤਰਾਂ ਦੀ ਵਰਤੋਂ ਸਾਡੇ ਵਿੱਚ ਹੋ ਗਈ ਹੈ, ਉਹ ਨਹੀਂ ਕਿਸੇ ਧਰਮ ਵਿੱਚ ਨਹੀਂ ਜੇ। ਹਾਂ, ਜਿਹੜੇ ਲੋਕ ਧਰਮੀ ਨਹੀਂ ਵੱਖਰੀ ਕਿਸਮ ਦੇ ਨੇ, ਉਹ ਲੋਕ ਤੇ ਆਪਣੇ ਆਪ ਨੂੰ ਇਹ ਵਰਤਦੇ ਨੇ, ਪਰ ਅਸੀਂ ਧਰਮ ਦੇ ਨਾਮ ਥੱਲੇ ਵਰਤਨੇ ਆ। ਫੈਸਲਾ ਮੇਰਾ ਨਹੀਂ, ਬਾਣੀ ਦਾ। ਇਸ ਤੋਂ ਅੱਗੇ ਜਦੋਂ ਜਾਣਾ ਅਗਲੇ ਸਲੋਕ ਤੇ, ਉੱਥੇ ਲਫ਼ਜ਼ ਕੀ ਹੈ, ਮੱਥੇ ਟਿੱਕਾ ਸਾਰੇ ਚਿੰਨ੍ਹ ਧਰਮ ਦੇ, ਇਸ ਲਈ ਗਊ ਰਕਸ਼ਾ ਦਾ ਮਸਲਾ ਲਿਆਉਂਦਾ ਵੀ ਜੇ ਗਊ ਹੋਏਗੀ ਤਾਂ ਦੁੱਧ ਮਿਲੇਗਾ, ਔਰ ਦੋ ਕੰਮ ਹੋਣਗੇ, ਬਲਦ ਵੀ ਮਿਲੇਗਾ, ਕਿਉਂਕਿ ਕਿਸਾਨੀ ਦਾ ਯੁੱਗ ਸੀ, ਪੰਜਾਬ ਦੀ ਧਰਤੀ ਕਿਸਾਨ ਧਰਤੀ ਸੀ, ਅਤੇ ਕਿਸਾਨੀ ਵਿੱਚ ਜਾਨਵਰ ਦਾ ਉਦੋਂ ਹਿੱਸਾ ਸੀ, ਉਦੋਂ ਟਰੈਕਟਰ 'ਤੇ ਹੁੰਦੇ ਵੀ ਸਨ, ਅਤੇ ਕਿਸਾਨੀ 'ਚ ਸਭ ਤੋਂ ਜ਼ਿਆਦਾ ਸਫਲ ਜਾਨਵਰ ਜਿਹੜਾ ਉਹ ਬਲਦ ਸੀ। ਇਹ ਦੋਨੋਂ ਚੀਜ਼ਾਂ ਗਊ ਨਾਲ ਦੁੱਧ ਵੀ ਕੇਵਲ, ਇਸ ਲਈ ਗਊ ਨੂੰ ਬਚਾ ਕੇ ਰੱਖਣ ਦਾ ਮਸਲਾ ਆ ਗਿਆ। ਪਰ ਗਊ ਨੂੰ ਧਰਮ ਨਹੀਂ ਬਣਾਇਆ, ਹੁਣ ਕੀ ਹੋਇਆ, ਗਊ ਰਕਸ਼ਾ ਦਾ ਮਸਲਾ ਲੈ ਕੇ ਉਹਨੂੰ ਧਰਮ ਦਾ ਹਿੱਸਾ ਬਣਾ ਦਿੱਤਾ, ਆਰਡਰ ਕਰ ਦਿੱਤਾ ਗਊ ਹੱਤਿਆ ਵਾਲੇ ਨੂੰ ਉਮਰ ਕੈਦ। ਚਲੋ, ਇਹ ਤਾਂ ਇੱਕ ਕਾਨੂੰਨ ਸੀ। ਪਿਛਲੇ ਹਫ਼ਤੇ ਕੋਈ ਮੁਸਲਮਾਨ ਵੀ ਨੌਜਵਾਨ ਜੈਪੁਰ ਤੋਂ ਉਸਨੇ ਦੋ ਗਊਆਂ ਖਰੀਦੀਆਂ, ਦੁੱਧ ਦਿੰਦੀਆਂ ਗਊਆਂ, ਰਸਤੇ ਵਿੱਚ ਗਊ ਰਕਸ਼ਾ ਨੇ ਉਹਨੂੰ ਘੇਰ ਲਿਆ, ਉਹ ਟਰੱਕ ਨੂੰ ਰੋਕ ਲਿਆ। ਉਹ ਆਪਣੇ ਵੱਲੋਂ ਪੇਸ਼ ਕਰ ਰਿਹਾ ਕਿ ਆਹ ਦੇਖੋ ਮੇਰੇ ਕੋਲ ਰਸੀਦ ਹੈ, ਮੈਂ ਇਸ ਮੰਡੀ ਵਿੱਚੋਂ ਜੈਪੁਰ ਤੋਂ ਗਊਆਂ ਖਰੀਦ ਕੇ ਲਿਆਇਆ ਦੁੱਧ ਵਾਸਤੇ। ਫਿਰ ਪ੍ਰਮਾਣ ਪੱਤਰ ਵੀ ਦਿਖਾਇਆ, ਪਰ ਘੇਰਨ ਵਾਲਿਆਂ ਨੇ, ਗਊ ਰਕਸ਼ਕ ਅਖਵਾਉਣ ਵਾਲਿਆਂ ਨੇ ਉਹਨੂੰ ਇੰਨਾ ਮਾਰਿਆ ਕਿ ਉੱਥੇ ਥਾਂ 'ਤੇ ਹੀ ਉਸਦੀ ਮੌਤ ਹੋ ਗਈ। ਪਿਛਲੇ ਨੌਜਵਾਨ ਬੱਚਾ
मार दिता गया, गौ एक धर्म बन गई। गल एक धर्म गऊ है, दूजे का धर्म सूर है। हम देख लो गुरु नानक की सोच, असि गुरु नानक के सिख होने के बावजूद गुरु नानक नहीं समझ रहे। गुरु कहता ना मेरा धर्म गऊ है, ना मेरा धर्म सूर है, बल्कि मैं तो यह आखना मुसलमान है या हिंदू है, वो उनके वास्ते सूर है, उनके वास्ते जम है। देखो फर्क की है, जे असी गुरु नानक दे सिख हो के गुरबाणी नहीं समझांगे तां धर्म दी अवज्ञा हो जाएगी, धर्म ही नहीं समझ सकदा। धर्म दे नाम थले साडे वेड़े विच भी पाप ते गुनाह आए दिन कतल क्यों हो रहे ने। अज साडे धर्म नू भी तलवारां ते निर्भर क्यों कर दिता गया है। अज ते मनुख नितनेम करन लग्या भी सोचदा कोई तलवार वाला ना आ जाए कि मेरी मर्जी दा नितनेम कर, जो मैं चाहना वो पढ़, जो मैं नहीं चाहता वो ना पढ़। है धर्म तलवार ते खड़ा हो गया, ते जेड़ा तलवार लेके आया सी उन्हें भी धर्म के चिन्ह पाए हुए सन। ये जिन्नी लड़ाई हो रही, जिन्ने झगड़े ते इख्तलाफ ने कौम विच, वो दोहां पासे लोग भी जिहड़े ने तलवार चुकन वाले भी जबरन अपना धर्म चलाने वाले लोग जिहड़े ने, वो भी तुसीं देखोगे धर्म के चिन्हां विच ने। धर्म दीआं पोशाकां उन्हां भी पाईआं हुईआं ने, लंबे चोले ते गोल पग्गां उन्हां भी बणीआं हुईआं ने, ਡੇਰਿਆਂ ਵਿੱਚ ਸਿੰਘਾਸਨ ਆਸਣ ਲਾ ਕੇ ਉਹ ਵੀ ਬੈਠੇ ਨੇ। ਤੇ ਗੁਰੂ ਆਖ ਰਿਹਾ खड़ी है जिड़ी सब कुछ दे रही है। वो नहीं सोच रहा पर अपनी पवित्रता ते अपनी सुचों ते मान करता है, कहता मेरे नेड़े ना बैठो मैं ज्यादा सुचों बना, मैं तो विवेकी हाँ, मैं तो किसी के हाथ लखांदा नहीं। गुरु नानक कहते हैं अपने आप नूं धर्मी ते दूजे पासे हाथ विच तलवार लाए ते दूजे नूं ना जीवन देण दे अधिकार। सब कुछ नहीं देखा जा सकता पर यो कौड़ी सजाई ते सच्चाई तो अखां बंद करके भी ना चलो, कितें ऐसा ना होवे धर्म दा क्या फर्क गलत लग जाए। जिन्हां
ਜਿਨ੍ਹਾਂ ਲੋਕਾਂ ਨੇ ਧਰਮ ਨੂੰ ਗੁਰੂ ਨਾਨਕ ਕੋਲੋਂ ਨਹੀਂ ਸਮਝਿਆ ਨਾ, ਉਹਨਾਂ ਦਾ ਧਰਮ ਦਾ ਕਿਆਫਾ ਗਲਤ ਹੋ ਜਾਏਗਾ ਔਰ ਬੱਚੇ ਨਾਸਤਿਕ ਹੋਣਗੇ। ਅਸੀਂ ਵੀ ਨਾਸਤਿਕ ਹੋ ਜਾਵਾਂਗੇ ਜਦੋਂ ਸਾਨੂੰ ਧਰਮ ਦਾ ਪਤਾ ਲੱਗੇਗਾ। ਹੈ ਆਹ ਧਰਮ ਸੀ ਮਾਂਸ ਖਾਣੇ ਕਰੇ ਨਿਵਾਜ ਛੁਰੀ ਵਗਾਰੇ ਤਿੰਨ ਗੱਲ ਤਾਗ ਇਹ ਚਿੰਨ ਤੇ ਗੱਲ ਵਿੱਚ ਪਾਏ ਹੋਏ ਤਾਗ ਤੇ ਇਹ ਬਾਣੇ ਦੇ ਲਫ਼ਜ਼ ਨੂੰ ਅਸੀਂ ਨਜਾਇਜ਼ ਵਰਤੋਂ ਕਰਕੇ ਹੱਥਾਂ ਵਿੱਚ ਛੁਰੀਆਂ ਤੇ ਅੰਦਰ ਤਲਵਾਰਾਂ ਲੈ ਕੇ ਇੱਕ ਦੂਜੇ ਲਈ ਕਾਤਲ ਬਣ ਕੇ ਜੀਵ ਰਹੇ ਹਾਂ, ਕੀ ਇਹ ਸਾਡਾ ਧਰਮ ਹੈ? ਛੁਰੀ ਵਗਾਇਣ ਤਿੰਨ ਗੱਲ ਤਾਗ ਤਿੰਨ ਘਰ ਬਾਹਮਨ ਪੂਰੇ ਨਾਲ ਉਹਨਾਂ ਵਿਹਾਵੇ ਹੋਈ ਸਾਧ ਕੂੜੀ ਦਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਕਹਿਣ ਲੱਗੇ ਸ਼ਰਮ ਧਰਮ ਕਾ ਡੇਰਾ ਦੂਰ। ਮੈਨੂੰ ਤੇ ਇਹ ਦਿਸਦਾ ਇਉਂ ਦਿਸਦਾ ਜਿਵੇਂ ਧਰਮ ਬਹੁਤ ਦੂਰ ਬਹੁਤ ਦੂਰ ਬਹੁਤ ਦੂਰ ਚਲਾ ਗਿਆ ਜਿੱਥੇ ਮਨੁੱਖ ਦੀ ਪਹੁੰਚ ਨਹੀਂ ਰਹੀ। ਮਨੁੱਖ ਗੁਰਦੁਆਰਿਆਂ ਵਿੱਚ ਧਰਮ ਢੂੰਡਣ ਚਲਾ ਗਿਆ, ਮਨੁੱਖ ਤੀਰਥਾਂ ਤੇ ਦਰਿਆਵਾਂ ਦੇ ਕੰਢੇ ਧਰਮ ਢੂੰਡਦਾ ਫਿਰਦਾ ਹੈ ਤੇ ਗੁਰੂ ਨਾਨਕ ਆਖਦਾ ਧਰਮ ਬਹੁਤ ਦੂਰ ਚਲਾ ਗਿਆ ਜਿੱਥੇ ਤੇਰੀ ਪਹੁੰਚ ਨਹੀਂ। ਤੇ ਜੇ ਗੁਰੂ ਨਾਨਕ ਦਾ ਦੱਸਿਆ ਹੋਇਆ ਬਖਸ਼ਿਸ਼ ਕੀਤਾ ਹੋਇਆ ਧਰਮ ਸਮਝਣਾ ਚਾਹੁੰਦਾ, ਜੇ ਨਾਸਤਿਕ ਹੋਣ ਤੋਂ ਧਰਮ ਦੇ ਲਫ਼ਜ਼ ਤੋਂ ਨਾਸਤਿਕ ਹੋਣ ਤੋਂ ਬਚਣਾ ਚਾਹੁੰਦਾ ਹੈ ਤਾਂ ਗੁਰੂ ਨਾਨਕ ਕੋਲੋਂ ਧਰਮ ਸਮਝ ਲੈ। ਗੁਰੂ ਨਾਨਕ ਆਖੇਗਾ ਧਰਮ ਤੇ ਮੈਂ ਬਿਠਾਇਆ ਹੀ ਇਸ ਲਈ ਸੀ, ਨਾਨਕ ਜੀ ਉਪਾਇਕ ਹੈ ਲਿਖਣਾ ਵੇ ਧਰਮ ਬਹਿ ਗਿਆ ਉੱਥੇ ਸੱਚੇ ਹੀ ਸੱਚ ਲਿਖਿਆ ਹੈ ਜਿਹੜਾ ਸੱਚ ਤੇ ਖਲੋਤਾ ਹੈ, ਜਿੱਥੇ ਸੱਚ ਦੀ ਵੈਲਿਊ ਹੈ, ਜਿੱਥੇ ਸੱਚ ਦੀ ਕੀਮਤ ਹੈ, ਜਿੱਥੇ ਸੱਚ ਨੂੰ ਦਬਾਇਆ ਜਾਏ ਤੇ ਕੂੜ ਪ੍ਰਧਾਨ ਹੋਵੇ ਉਸ ਧਰਮ ਨਹੀਂ ਹੁੰਦਾ। ਨਾ ਧਰਮ ਸਥਾਨ ਹੁੰਦਾ ਨਾ ਧਰਮ ਦਾ ਟਿਕਾਣਾ ਹੁੰਦਾ। ਧਰਮ ਤਾਂ ਉਹ ਥਾਂ ਛੱਡ ਚੁੱਕਾ ਹੈ, ਬੜਾ ਦੂਰ ਜਾ ਚੁੱਕਾ ਹੈ। ਗੁਰੂ ਨਾਨਕ ਨੇ ਇਸੇ ਲਈ ਆਖਿਆ ਤੀਰਥ ਜਾਓ ਤਾਂ ਹਉ ਹਉ ਕਰਤੇ ਪੰਡਿਤ ਪੁੱਛੋ ਤੁਮਾਇਆ ਰਾਤੇ। ਇਸ ਲਈ ਗੁਰੂ ਨਾਨਕ ਨੇ ਬੜਾ ਸਪਸ਼ਟ ਜਵਾਬ ਦਿੱਤਾ ਤੇ ਕਹਿਣ ਲੱਗੇ
ਗੁਰਸਿੱਖ ਦੇ ਧਰਮ ਦਾ ਡੇਰਾ ਟਿਕਾਣਾ ਬਹੁਤ ਦੂਰ ਚਲਾ ਗਿਆ। ਅਸੀਂ ਗੁਰਦੁਆਰਿਆਂ ਵਿੱਚ ਨਦੀਆਂ ਦੇ ਕੰਢੇ ਡੇਰਿਆਂ ਵਿੱਚ ਧਰਮ ਢੂੰਡ ਰਹੇ ਹਾਂ, ਮਾਨਸ ਖਾਣਿਆਂ ਕੋਲੋਂ ਧਰਮ ਢੂੰਡ ਰਹੇ ਹਾਂ, ਛੁਰੀ ਵਗਾ ਕੇ ਗਲ ਵਿੱਚ ਤਾਗ ਜਨੇਊ ਪਾਉਣ ਵਾਲੇ ਧਰਮ ਦੇ ਚਿੰਨ੍ਹਾਂ ਨਾਲ ਸਜਾਏ ਮਨੁੱਖਾਂ ਕੋਲੋਂ ਧਰਮ ਢੂੰਡ ਰਹੇ ਹਾਂ। ਗੁਰੂ ਕਹਿੰਦੇ ਨੇ ਨਹੀਂ, ਧਰਮ ਤਾਂ ਬਹੁਤ ਦੂਰ ਚਲਾ ਗਿਆ, ਜੇ ਉਸ ਧਰਮ ਦੀ ਪ੍ਰਾਪਤੀ ਚਾਹਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਇੱਕ ਲਫ਼ਜ਼ ਨਾਲ ਮਿਲੇਗੀ, ਉਹ ਹੈ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਆ ਸੱਚ ਨਾਲ ਰਿਸ਼ਤਾ ਪਾ ਲੈ। ਹੁਣ ਦੇ ਯੁਗ ਅੰਦਰ ਸੱਚ ਨੂੰ ਹੀ ਤਾਂ ਦਬਾਇਆ ਜਾ ਰਿਹਾ, ਉਹ ਛੁਰੀ ਵਗਾਉਣ ਵਾਲੇ ਜਿਹੜੇ ਨੇ ਉਹ ਸੱਚ ਨੂੰ ਹੀ ਤਾਂ ਕਤਲ ਕਰ ਦੇਣਾ ਚਾਹੁੰਦੇ ਨੇ, ਕਿਉਂਕਿ ਸੱਚ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹਨਾਂ ਦਾ ਚਿਹਰਾ ਬੇਨਕਾਬ ਕਰਦਾ। ਇਸ ਲਈ ਗੁਰੂ ਕਹਿੰਦੇ ਨੇ ਜੇ ਤੂੰ ਸੱਚਮੁੱਚ ਧਰਮ ਦੇ ਨੇੜੇ ਹੋਣਾ ਚਾਹੁੰਦਾ ਤਾਂ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ, ਜਿਹੜਾ ਰਾਹ ਗੁਰੂ ਦਿਖਾਏ ਉਹ ਰਾਹ ਧਰਮ ਨੂੰ ਜਾਂਦਾ ਹੈ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋਲੀਏ ਲਫ਼ਜ਼ ਬੜਾ ਪੁਰਾਣਾ ਹੈ, ਲਹਿੰਦੇ ਦੀ ਬੋਲੀਏ ਜੁਲਵਨ ਭਾਵ ਜਾ ਚਲਣਾ ਜੁਲਣਾ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜਿਹੜਾ ਰਾਹ ਗੁਰੂ ਦੱਸੇ ਹੈ ਸਿੱਖਾ ਮੁਰੀਦਾ ਜੋਲੀਏ, ਉਸ ਰਸਤੇ 'ਤੇ ਚੱਲ ਤਾਂ ਕਿ ਤੈਨੂੰ ਜਿੱਥੇ ਧਰਮ ਚਲਾ ਗਿਆ ਤੂੰ ਵੀ ਉੱਥੇ ਪਹੁੰਚ ਜਾਏ। ਇਹਨਾਂ ਸ਼ਬਦਾਂ ਨਾਲ ਫਿਰ ਮਾਂਝਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।